ਸਲਾਮ ਅਲੈਕੁਮ, ਮੇਰਾ ਨਾਮ ਅਮਨ ਮਾਨ ਹੈ। ਤੁਸੀਂ ਸਾਰੇ ਵੇਖ ਰਹੇ ਹੋ ਪੰਜਾਬੀ ਵਲੋਗ। ਅੱਜ ਅਸਾਂ ਹਜ਼ਰਤ ਸੁਲਤਾਨ ਬਾਊ ਦੇ ਦਰਬਾਰ 'ਤੇ ਜਾ ਰਹੇ ਹਾਂ, ਅਤੇ ਇਹ ਮੋਟਰਵੇਅ 'ਤੇ ਅਸਾਂ ਸਾਡਾ ਕੈਰੀ ਡੱਬਾ ਜੀ ਜਿਹੜਾ ਜਾ ਰਿਹਾ ਹੈ ਮੋਟਰਵੇਅ ਤੋਂ, ਤਾਂ ਅਸਾਂ ਅਲਹਮਦੁਲਿਲਾ ਉੱਥੇ ਜਾ ਕੇ ਜੁੰਮਾ ਅਦਾ ਕਰਾਂਗੇ, ਅਤੇ ਜੁੰਮਾ ਅਦਾ ਕਰਕੇ ਲੰਗਰ ਵਗੈਰਾ ਕਰਕੇ ਅਤੇ ਮੁੜ ਇਨਸ਼ਾਅੱਲਾ ਵਾਪਸ ਆਵਾਂਗੇ। ਅੱਜ ਜੁੰਮਾ ਆਉਣਾ, ਅੱਲਾ ਦੇ ਹੁਕਮ ਨਾਲ ਅਸਾਂ ਜੁੰਮੇ ਤੋਂ ਪਹਿਲਾਂ ਅਸਾਂ ਉੱਥੇ ਪਹੁੰਚ ਜਾਣਾ, ਕਿਉਂਕਿ ਜੁੰਮਾ ਅਸਾਂ ਉੱਥੇ ਜਾ ਕੇ ਮਸਜਿਦ ਦੇ ਵਿੱਚ ਹੀ ਅਦਾ ਕਰਨਾ। ਹੈ ਜੀ ਹਜ਼ਰਤ ਸੁਲਤਾਨ ਬਾਹੋ ਟੋਲ ਪਲਾਜ਼ਾ ਜਿਹੜਾ ਹੈ ਉਹ ਆ, ਇੱਥੇ ਅਸਾਂ ਪਹੁੰਚ ਆਇਆ ਟੋਲ ਪਲਾਜ਼ੇ ਤੋਂ ਲੈ ਕੇ, ਉਸ ਤੋਂ ਬਾਅਦ ਸ਼ੋਰਕੋਟ ਸਿਟੀ ਵੱਲੇ ਸ਼ੋਰਕੋਟ ਜਾ ਕੇ ਅਤੇ ਉੱਥੋਂ ਕਾ ਦਰਬਾਰ 'ਤੇ ਇਨਸ਼ਾਅੱਲਾ ਅਸਾਂ ਜਾਣਾ। ਰਸ਼ ਬਾਵਾ ਹੈ ਅਤੇ ਇਸ ਵਾਸਤੇ ਝਟ ਖਲਾਉਣਾ ਪਿਆ ਇੱਥੇ। ਅੱਜ ਸ਼ੋਰਕੋਟ ਜਿਹੜਾ ਅਸਾਂ ਉਸ ਪਾਸੇ ਜਾਂਦੇ ਪਏ ਹਾਂ, ਸ਼ੋਰਕੋਟ ਦਾ ਬੋਰਡ ਲੱਗਾ ਆ ਅਤੇ ਸਾਡੇ ਵੱਲ ਥੱਲੇ ਕਣਕਾਂ ਨਹੀਂ ਛੁਰੀਆਂ ਹੋਈਆਂ। ਇੱਧਰ ਵੇਖੋ ਕਣਕਾਂ ਸ਼ੁਰੂ ਹੋ ਗਈਆਂ ਨੇ, ਵੇਖੋ ਮਾਸ਼ਾਅੱਲਾ। ਇਹ ਸ਼ੋਰਕੋਟ ਦੇ ਕੋਲ ਜਿਹੜਾ ਬੰਨ ਨੇ ਉਹ ਆ ਗਿਆ। ਅਸਾਂ ਦਰਬਾਰ ਦੇ ਦੁਆ ਆ ਗਏ ਹਾਂ, ਦਰਬਾਰ ਦੇ ਕੋਲ ਆ। ਦਰਬਾਰ ਤੋਂ ਪਹਿਲਾਂ ਬਾਜ਼ਾਰ ਹੈ, ਅਤੇ ਬਾਜ਼ਾਰ ਤੋਂ ਬਾਅਦ ਹੈਗਾ ਦਰਬਾਰ ਆਉਣਾ ਇਨਸ਼ਾਅੱਲਾ। ਅਲਹਮਦੁਲਿਲਾ ਅਸੀਂ ਦਰਬਾਰ ਦੇ ਕੋਲ ਪਹੁੰਚ ਆਏ ਹਾਂ, ਅਤੇ ਇਹ ਬਾਜ਼ਾਰ ਹੈ, ਅਤੇ ਬਾਜ਼ਾਰ ਵਿੱਚ ਰੌਣਕਾਂ ਬਹੁਤ ਜ਼ਿਆਦਾ ਲੱਗੀਆਂ ਹਨ, ਕਿਉਂਕਿ ਜੁੰਮਾ ਬਾਜ਼ਾਰ ਦੇ ਵਿੱਚ ਬੜੀਆਂ ਰੌਣਕਾਂ ਲੱਗੀਆਂ ਹੋਈਆਂ ਹੈਗਾ। ਪਤਾ ਨਹੀਂ ਕਿੰਨਾ ਕੁ ਰਸ਼ ਹੋਏਗਾ ਬਾਜ਼ਾਰ ਵਿੱਚ, ਵਾਹ ਵਾਹ ਰਸ਼ ਹੈ ਜੀ। ਅਤੇ ਮੁਰੀਦ ਸੁਲਤਾਨ ਬੱਲਾ ਲੈ ਰਿਹਾ ਨਾਲ, ਬੈਟ ਲੈ ਰਿਹਾ, ਇਹਨੂੰ ਗੇਂਦ ਬੈਟ ਦਾ ਬੜਾ ਸ਼ੌਂਕ ਹੈ। ਅਤੇ ਉਹਨਾਂ ਸਾਨੂੰ ਦਰਬਾਰ ਦੇ ਰਵੀਨ ਕਰਦੇ ਪਏ ਹਾਂ, ਉਹ ਸਪੀਕਰ ਲੱਗੇ ਹੋਏ ਦਰਬਾਰ ਦੇ ਜਿਹੜੇ, ਅਤੇ ਨਾਲ ਵਜ਼ੂ ਖਾਨਾ ਦਰਬਾਰ ਦਾ ਜਿੱਥੇ ਸਪੀਕਰ ਲੱਗੇ ਨੇ ਦੇ ਨਾਲ। ਰਸ਼ ਬਹੁਤ ਜ਼ਿਆਦਾ ਹੈ ਬਾਹਰ ਹੀ, ਦਰਬਾਰ ਦੀ ਜੀ ਦੇਗਾ ਪੱਕਦੀਆਂ ਪਈਆਂ ਨੇ। ਇਹ ਜੀ ਲੰਗਰ ਖਾਨੇ ਵਾਲੇ ਆ ਗਏ, ਲੰਗਰ ਖਾਨੇ ਵਾਲੇ ਬੜਾ ਰਸ਼ ਜ਼ਿਆਦਾ ਲੱਗਾ ਹੋਇਆ, ਕਿਉਂਕਿ ਇਸ ਟਾਈਮ ਲੰਗਰ ਦਾ ਟਾਈਮ ਹੋਇਆ ਖਲੋਤਾ, ਅਤੇ ਇਸ ਵਾਸਤੇ ਬਹੁਤ ਜ਼ਿਆਦਾ ਲਾਈਨਾਂ ਲੱਗੀਆਂ ਹੋਈਆਂ ਲੰਗਰ ਵਾਸਤੇ। ਦਰਬਾਰ ਦਾ ਲੰਗਰ ਤੋਂ ਇੰਝ ਸ਼ਿਫਾ ਆਉਂਦਾ, ਇਸ ਵਾਸਤੇ ਬੜੀਆਂ ਲੰਮੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਨੇ। ਅਤੇ ਅਸੀਂ ਆਖਿਆ ਬਈ ਵੇਲੇ ਲੰਗਰ ਕਰ ਆਈਏ, ਅਤੇ ਉਸ ਤੋਂ ਬਾਅਦ ਮੁੜ ਅਗਾਂ ਅੰਦਰ ਜਾਵਾਂਗੇ ਮਸਜਿਦ ਵਿੱਚ, ਜਾ ਕੇ ਜੁੰਮਾ ਪੜਾਂਗੇ ਇੱਕੋ ਵਾਰ, ਲੰਗਰ ਕਰਕੇ ਮੁੜ ਇੱਕੋ ਵਾਰ ਜਾਵਾਂਗੇ ਮਸਜਿਦ ਵਿੱਚ, ਦਰਬਾਰ ਹੀ ਹਾਜ਼ਰੀ ਦੇਵਾਂਗੇ। ਅਤੇ ਅੱਜ ਦਰਬਾਰ ਦੇ ਵਿੱਚ ਜਾਣ ਦੀ ਤਿਆਰੀ ਹੈ, ਲੰਗਰ ਛੰਗਰ ਕਰਕੇ ਉਹਨਾਂ ਸਾ ਦਰਬਾਰ ਵੱਲੇ ਜਾ ਰਹੇ ਹਾਂ। ਅਤੇ ਮਾਸ਼ਾਅੱਲਾ ਜੀ ਦਰਬਾਰ ਦੇ ਗੁੰਬਦ ਆ ਗਏ ਨੇ, ਜਿੱਥੋਂ ਵੜਨਾ ਗੇਟ ਹੈ ਮੇਨ, ਜਿੱਥੋਂ ਵੜ ਕੇ ਅੰਦਰ ਜਾਣਾ ਦਰਬਾਰ ਵਿੱਚ, ਅਤੇ ਰਸ਼ ਬਹੁਤ ਜ਼ਿਆਦਾ ਹੈ। ਰਾਮ ਰਾਮ ਨਾਲ ਅੰਦਰ ਜਾਣਾ ਪੈਣਾ। ਇਹ ਜੀ ਉਹਨਾਂ ਸਾ ਆ ਗਏ ਅੰਦਰ, ਜੀ ਸ਼ੁਰੂ ਹੋਈ ਹੋਈ ਹੈ, ਅਤੇ ਨਾਲ ਗੁਸਲ ਵਜ਼ੂ ਖਾਨਾ ਸਾਖਾ ਵਜ਼ੂ ਕਰਕੇ ਅਤੇ ਮੁੜ ਗਾਂ ਦੁਆ
ਵਜ਼ੂ ਕਰਕੇ ਅਤੇ ਮੋੜਾ ਗੰਜਾਂ ਦਾ ਨਾਲ ਜੁੰਮੇ ਦੇ ਨਾਲ ਸ਼ਰੀਕ ਹੁੰਦੇ ਹਾਂ, ਕਿਉਂਕਿ ਜੁੰਮਾ ਪੜ੍ਹਨ ਅਤੇ ਦਰਬਾਰ 'ਚ ਆਏ ਹਾਂ ਤਾਂ ਬੰਦਾ ਜੁੰਮਾ ਹੀ ਨਾ ਪੜ੍ਹੇ ਤਾਂ ਕੀ ਫਾਇਦਾ। ਆ ਵਜ਼ੂ ਸ਼ਜ਼ੂ ਕਰਕੇ ਸਨ ਅਤੇ ਰਸ਼ ਇੱਥੇ ਵਜ਼ੂ ਖਾਨੇ ਕੋਲ ਹੀ ਬੜਾ, ਤੋ ਦਰਬਾਰ ਹੀ ਫੁੱਲ ਭਰਿਆ ਹੈ ਕਿਉਂਕਿ ਜੁੰਮੇ ਦਾ ਦਿਨ ਹੈ ਅਤੇ ਹਰ ਕੋਈ ਜੁੰਮਾ ਪੜ੍ਹਨ ਵਾਸਤੇ ਦਰਬਾਰ 'ਚ ਆਇਆ। ਮਾਸ਼ਾਅੱਲਾ ਜੀ, ਅਸੀਂ ਜੁੰਮਾ ਅਦਾ ਕਰ ਲਿਆ ਅਤੇ ਹੁਣ ਦਰਬਾਰ ਦਾ ਗੇਟ ਖੋਲ੍ਹਦਾ ਤਾਂ ਮੁੜ ਅੰਦਰ ਹਾਜ਼ਰੀ ਦਿੰਦੇ ਹਾਂ। ਬਾਹਰ ਪਤਾ ਨਹੀਂ ਫਾਰਾ ਹੈ ਕਿ ਕਈ ਸ਼ਾਇਦ ਲੋਕ ਪੈਸੇ ਪਾਉਂਦੇ ਨੇ, ਐ ਗੇਂਦਾਂ ਬੱਲੇ ਵਗੈਰਾ ਇਹੋ ਜਿਹੀ ਚੀਜ਼ਾਂ ਪਾਉਂਦੇ ਆ, ਪਤਾ ਨਹੀਂ ਕਿਉਂ ਪਾਉਂਦੇ ਆ। ਤੁਸੀਂ ਸਾਰਿਆਂ ਨੂੰ ਦੱਸਣਾ ਕਮੈਂਟ 'ਤੇ ਵੀ ਕਿਉਂ ਪਾਉਂਦੇ ਪਾਉਂਦੇ। ਬਾਹਰ ਦਾ ਗੇਟ ਖੁੱਲ੍ਹਾ ਅਤੇ ਜੁੰਮੇ ਤੋਂ ਬਾਅਦ ਜੀ ਹੈ ਰਸ਼ ਜਿਹੜਾ ਦਰਬਾਰ 'ਚ ਹਾਜ਼ਰੀ ਦੇਣ ਵਾਸਤੇ ਤਿਆਰ ਹੈ। ਮੇਰੀ ਵਾਲੀ ਜਗ੍ਹਾ ਹੈ ਜਿੱਥੇ ਕਬੂਤਰ ਸ਼ਬੂਤਰ ਅੰਦਰ ਹੁੰਦੇ ਨੇ, ਆਇਓ ਵਾਲੀ ਜਗ੍ਹਾ ਹੈ ਜਿੱਥੇ ਕਬੂਤਰ ਹੁੰਦੇ ਨੇ ਅੰਦਰ ਹੀ ਸਾਈਡ ਸਾਈਡ। ਬਾਹਰ ਤੋਂ ਹਾਜ਼ਰੀ ਦੇਣ ਤੋਂ ਬਾਅਦ ਅਸਾਂ ਤ੍ਰਿਮੂ ਹੈਡ ਦੇ ਰਹੇ ਹਾਂ। ਇਹ ਤ੍ਰਿਮੂ ਹੈਡ ਦਾ ਸਾਰਾ ਇਲਾਕਾ ਜਿਹੜਾ ਹੈ ਸਾਰਾ ਇਹ ਤ੍ਰਿਮੂ ਹੈਡ ਦਾ ਇਹ ਬੰਨ ਉਹ ਸਾਹਮਣੇ ਪੁੱਲ ਹੈ ਜਿੱਥੋਂ ਟੱਪ ਕੇ ਜਾਣਾ ਤ੍ਰਿਮੂ ਹੈਡ ਦੇ ਉੱਤੋਂ ਦੀ। ਇਹ ਸਾਰਾ ਜਿਹੜਾ ਹੈ ਤ੍ਰਿਮੂ ਹੈਡ ਦਾ ਹੀ ਪੁੱਲ ਲੈਂਦਾ ਜਿੱਥੋਂ ਸੜਕ ਬਣੀ ਹੋਈ ਹੈ ਸਾਰੀ ਜਗ੍ਹਾ। ਮੋਹੈਡ ਦੇ ਨਾਲ ਪੁੱਲ ਹੈ ਅਤੇ ਪੁੱਲ ਦੇ ਨਾਲ ਬਣਿਆ ਇੱਕ ਪਾਰਕ, ਪਾਰਕ ਹੈ ਜਿੱਥੇ ਆਵਾਮ ਸੈਰ ਉੱਥੇ ਫ੍ਰੀ ਵਾਸਤੇ ਬੋਟਿੰਗ ਸ਼ੋਟਿੰਗ ਕੋਈ ਕਿਸੇ ਨੇ ਬਹਿਣਾ ਹੋਵੇ ਉਹਦੇ ਵਾਸਤੇ ਹੈਰ ਸ਼ਾ ਇਸੇ ਵਾਸਤੇ ਹੁੰਦੀ ਹੈ ਬਈ ਬੋਟਿੰਗ ਸ਼ੋਟਿੰਗ ਕਰਨ ਵਾਸਤੇ, ਤਾਂ ਵਾਸਤੇ ਪਾਰਕ ਹੈਗਾ ਅਤੇ ਇਹਦੇ ਸਾਰੀ ਆਵਾਮ ਇੱਥੇ ਆ ਕੇ ਸੈਰ ਉੱਥੇ ਫ੍ਰੀ ਵਾਸਤੇ ਇੱਥੇ ਆ ਖਲਾਉਂਦੀ ਹੈ ਜੀ। ਪੁੱਲ ਹੈ ਅਤੇ ਪੁੱਲ ਦੇ ਨਾਲ ਪਾਣੀ ਅਤੇ ਕੰਮ ਹੈ, ਵੇਖੋ ਬਾਰਿਸ਼ਾਂ ਨਾ ਆਉਂਦੇ ਵੇਖੋ ਵੇ ਪਾਣੀ ਕੰਮ ਹੈ, ਲੇਕਿਨ ਇਹ ਬੋਟਿੰਗ ਸ਼ੋਟਿੰਗ ਹੋ ਰਹੀ ਹੈ ਜਿੰਨਾ ਵੇ ਬੋਟਿੰਗ ਬੋਟ ਹੈ ਬਹਿ ਕੇ ਵੇ ਘੁੰਮ ਛੁੰਮ ਕੇ ਆਉਣਾ ਉਹਦੇ ਵਾਸਤੇ ਆ। ਬੋਟ ਛੋਟ ਇੱਥੇ ਮੌਜੂਦ ਨੇ, ਪਾਰਕ ਦੇ ਨਾਲ ਜਗ੍ਹਾ ਬਣੀ ਹੋਈ ਹੈ ਇੱਥੇ। ਅਸੀਂ ਬੋਟ ਦੇ ਵਿੱਚ ਬਹਿ ਗਏ ਹਾਂ, ਅਸਾਂ ਕਿ ਅਸੀਂ ਝੂੰਟਾ ਲੈ ਲਈਏ ਬੋਟ ਦਾ।
ਟਮਟਮ ਕੋਲੇ ਵੱਲ ਪਹੁੰਚਿਆ ਅਤੇ ਇੱਥੋਂ ਬਸ ਆਖਿਆ ਵੀ ਮੱਛੀ ਖਾ ਕੇ ਤਾਂ ਮੁੜ ਜਾਂਦੇ ਹਾਂ, ਲੈਟ ਤਾਂ ਆਵੇ ਅਤੇ ਮੱਛੀ ਖਾ ਕੇ ਨਾ ਜਾਵੇ, ਆ ਗੱਲ ਤਾਂ ਮਾੜੀ ਹੈ। ਇਸ ਵਾਸਤੇ ਸਾਖਿਆ ਵੀ ਮੱਛੀ ਖਾ ਕੇ ਅਤੇ ਮੁੜ ਇੱਥੋਂ ਚੱਲਦੇ ਹਾਂ। ਰਮਾਨ ਫਿਸ਼ ਡੇਰੇ 'ਤੇ ਅਸੀਂ ਇੱਥੇ ਆ ਗਏ ਸਾਂ ਮੱਛੀ ਖਾਣ ਵਾਸਤੇ। ਇਹ ਬੰਦੇ ਨਾ ਇਹਨਾਂ ਦੇ ਅੱਗੇ ਆਈ ਛਾਪਣ ਛੰਗ ਜੀ ਫਿਸ਼ ਉੱਥੋਂ ਦਾ ਨਾਮ ਲਈ ਸੀ, ਇਹ ਬਣਾਉਂਦਾ ਪੈਨ ਬਣਾ ਕੇ ਅਤੇ ਮੁੜੇ ਨੱਤਲਣੀ ਅਤੇ ਤਲ ਕੇ ਮੁੜ ਦੇਣਗੇ ਸਾਨੂੰ। ਹੁਣ ਧੋਣ ਸਫਾਈ ਕਰ ਰਿਹਾ, ਧੋ ਲਿਆ, ਭਲਵਾਨ ਚੰਗਾ ਬੰਦਾ ਨਾਂ ਰੱਖਿਆ ਹੋਇਆ। ਤਾਜੀ ਪਾਣੀ ਜੇ ਕਿਸ਼ ਥੂਮ ਦਾ ਪਾਣੀ ਹੈ, ਥੂਮ ਦਾ ਥੂਮ ਦਾ ਪਾਣੀ ਜੀ। ਮਸਾਲੇ ਮਸੂਲੇ ਲੱਗ ਰਹੇ ਨੇ, ਮੱਛੀ ਸਾਡੀ ਕਟੀ ਗਈ ਫਿਸ਼, ਉਹਨੂੰ ਮਸਾਲੇ ਮਸੂਲੇ ਲੱਗ ਰਹੇ ਨੇ ਅਤੇ ਲੱਗ ਕੇ ਤਾਂ ਮੁੜ ਇਹਨਾਂ ਤਲਣੀ ਸ਼ੁਰੂ ਕਰਨੀ ਹੈ। ਇੰਨੇ ਕਿਸ ਟਾਈਮ ਤੋਂ ਲੈਂਦੀ ਹੁਣ ਹੱਥ ਬਚਾ ਅੱਜ ਜੀ। ਸਾਡੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਵੇ, ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਇਨਸ਼ਾਅੱਲਾ ਅਗਲੀ ਅਤੇ ਨਈ ਵੀਡੀਓ ਨਾਲ ਮੁਲਾਕਾਤ ਹੁੰਦੀ। ਗੁੱਡ ਬਾਏ।